जी दोस्तों, मैं मलकीत सिंह ते तुसी देख रहे हो प्लस टीवी एच डी। ते आज दे इस प्रोग्राम दे विच दोसांझां वाले दी जिंदगी दे कुछ फैक्ट्स जानदे हां। दिलजीत दा जन्म सिख परिवार दे विच पंजाब दे जलंधर जिले दे पिंड दोसांझ कलां विखे होया सी। उस समय दिलजीत दे पिता एक ट्रक ड्राइवर सन, जबकि उसके माता जी एक घरेलू औरत। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦਿਲਜੀਤ ਨੇ 8ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ ਤੇ ਸਕੂਲ ਛੱਡਣ ਤੋਂ ਬਾਅਦ ਸੰਗੀਤ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਦਿਲਜੀਤ ਮਿਹਨਤ ਕਰਨ ਲੱਗ ਗਿਆ ਸੀ। ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਕਿ ਦਿਲਜੀਤ ਨੇ ਵਿਆਹ ਅਤੇ ਹੋਰ ਸਮਾਗਮਾਂ ਦੇ ਵਿੱਚ ਗਾ ਗਾ ਕੇ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ ਸੀ। 2004 ਦੇ ਵਿੱਚ ਦਿਲਜੀਤ ਦੀ ਪਹਿਲੀ ਐਲਬਮ ਇਸ਼ਕ ਦਾ ਉੜਾ ਐਡਾ ਰਿਲੀਜ਼ ਹੋਈ ਸੀ। ਦਿਲਜੀਤ ਨੇ ਆਪਣੀ ਫਿਲਮੀ ਦੁਨੀਆ ਦੀ ਸ਼ੁਰੂਆਤ 2010 ਵਿੱਚ ਫਿਲਮ ਲਾਇਨ ਆਫ ਪੰਜਾਬ ਨਾਲ ਕੀਤੀ ਸੀ। ਉਸ ਨੇ ਕਈ ਹਿੱਟ ਫਿਲਮਾਂ, ਐਲਬਮਸ ਅਤੇ ਸਿੰਗਲਸ ਟਰੈਕ ਕੀਤੇ। ਦਿਲਜੀਤ ਦੋਸਾਂਝ ਦਾ ਰਾਈਜ਼ਿੰਗ ਸਟਾਰ ਅਤੇ ਦਿਲਜੀਤ ਦੋਸਾਂਝ ਬੈਸਟ ਆਫ ਪੰਜਾਬ ਇਹਨਾਂ 'ਚੋਂ ਮੁੱਖ ਹਨ। ਦਿਲਜੀਤ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਵਿੱਚ ਕੀਤੀ ਫਿਲਮ ਲਾਇਨ ਆਫ ਪੰਜਾਬ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅ ਵੀ ਕੀਤੇ ਜੋ ਬਾਅਦ ਵਿੱਚ ਬਹੁਤ ਪਸੰਦ ਕੀਤੇ ਗਏ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੋਸਾਂਝ ਆਪਣੇ ਪਰਉਪਕਾਰੀ ਕੰਮਾਂ ਲਈ ਜਾਣਿਆ ਜਾਂਦਾ ਹੈ, ਖਾਸ ਕਰਕੇ ਭਾਰਤ ਵਿੱਚ ਬੱਚਿਆਂ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਾਲਿਆਂ ਵਿੱਚ ਦਿਲਜੀਤ ਦੋਸਾਂਝ ਦਾ ਬਹੁਤ ਵੱਡਾ ਨਾਮ ਹੈ। ਉਸ ਨੇ ਕਿਸਾਨੀ ਅੰਦੋਲਨ ਸਮੇਂ ਵੀ ਕਿਸਾਨੀ ਧਰਨੇ ਦੇ ਵਿੱਚ, ਦਿੱਲੀ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਅਤੇ ਸਹਿਯੋਗ ਕੀਤਾ ਸੀ। ਇੱਥੇ ਬਸ ਨਹੀਂ ਦੋਸਤੋ, 2016 ਦੇ ਵਿੱਚ ਦਿਲਜੀਤ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਭਾਰਤ ਦਾ ਇੱਕ ਸਰਵਉੱਚ ਨਾਗਰਿਕ ਪੁਰਸਕਾਰ ਹੈ। ਦੋਸਤੋ, ਇਹ ਸੀ ਦਿਲਜੀਤ ਦੋਸਾਂਝ ਬਾਰੇ ਕੁਝ ਰੌਚਕ ਜਾਣਕਾਰੀਆਂ। ਕਿੱਦਾਂ ਲੱਗੀ ਤੁਹਾਨੂੰ ਇਹ ਜਾਣਕਾਰੀ, ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਲਾਈਕ ਕਮੈਂਟ ਸ਼ੇਅਰ ਕਰਕੇ ਸਾਡੀ ਹੌਸਲਾ ਅਫਜ਼ਾਈ ਕਰੋ ਅਤੇ ਦੇਖਦੇ ਰਹੋ ਪਲੱਸ ਟੀਵੀ ਐਚ ਡੀ। ਧੰਨਵਾਦ।